ਨਿਊਜ਼ 18 ਦੇਖਦੇ ਪਏ ਹੋ ਤੇ ਅਕਸਰ ਅਸੀਂ ਅਜਿਹੀਆਂ ਖਬਰਾਂ ਜਿਹੜੀਆਂ ਨੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਰਹਿੰਨੇ ਆ ਇਹ ਤੇ ਤੇਰਾ ਆਸਰਾ ਸੰਸਥਾ ਦੇ ਲੋਕ ਪਹੁੰਚੇ ਆ ਪਹਿਲਾਂ ਮੈਂ ਉਹ ਵਿਅਕਤੀ ਵਿਖਾਵਾਂਗਾ ਜਿਸ ਕਰਕੇ ਇਹ ਸੰਸਥਾ ਇੱਥੇ ਪਹੁੰਚੀ ਆ ਇਹ ਉਹ ਵਿਅਕਤੀ ਹੈ ਜਿਹੜਾ ਬੋਲਣ ਤੋਂ ਅਸਮਰਥ ਹੈ ਪੈਰ 'ਚ ਜੁੱਤੀ ਨਹੀਂ ਕੱਪੜੇ ਜਿਹੜੇ ਆ ਗੰਦੇ ਨੇ ਖਾਣ ਪੀਣ ਤੋਂ ਵੀ ਲੱਗਦਾ ਕਿ ਵਾਂਝਾ ਹੈ ਇਸ ਨੂੰ ਅੱਜ ਤੇਰਾ ਆਸਰਾ ਸੰਸਥਾ ਦੇ ਲੋਕ ਜਿਹੜੇ ਆ ਬੰਦੂਤ ਤੋਂ ਛਡਾਉਣ ਆਏ ਇਹ ਮੁਸਲਿਮ ਗੁਜਰਾ ਦਾ ਇਲਾਕਾ ਹੈ ਡੇਰਾ ਹੈ ਜਿੱਥੇ ਇਸ ਸੰਸਥਾ ਦੇ ਲੋਕ ਇੱਥੇ ਪਹੁੰਚੇ ਪਹਿਲੇ ਇਹ ਨਾ ਜਾਣਦੇ ਕੀ ਨਾਮ ਆ ਨਾ ਕੀ ਆ ਚੁਬਾ ਚੁਬਾਲ ਚੁਬਾਬ ਚੁਬਾਲ ਚੁਬਾਬਾ ਨਾਮ ਚੁਬਾਬਾ ਰਹੇ ਵਾਲੇ ਕਹਾਂ ਕੇ ਉਹ ਪੰਜਾਬ ਕੇ ਪੰਜਾਬ ਜੁਪੀ ਬਿਹਾਰ ਜੁਪੀ ਜੀ ਜੰਮੂ ਜੰਮੂ ਕੇ ਜੁਪੀ ਜੁਪੀ ਇਹ ਲਿਖਣਾ ਆਤਾ ਹੈ ਨਹੀਂ ਆਤਾ ਹਾਲਾਤ ਦੇਖ ਲਵੋ ਕਿ ਤਰਸ ਆਉਂਦਾ ਹੈ ਅਜਿਹੇ ਵਿਅਕਤੀਆਂ ਤੇ ਅਜਿਹੇ ਲੋਕਾਂ ਤੇ ਜਿਨ੍ਹਾਂ ਨੂੰ ਗੁੱਜਰ ਸਮੁਦਾਇ ਯਾਨੀ ਕਿ ਮੁਸਲਿਮ ਗੁੱਜਰ ਜਿਹੜੇ ਨੇ ਆਪਣੇ ਡੇਰਿਆਂ ਤੇ ਬੰਧੂਆ ਬਣਾਉਂਦੇ ਨੇ ਸਾਡੇ ਨਾਲ ਤੇਰਾ ਆਸਰਾ ਸੰਸਥਾ ਦੇ ਲੋਕ ਇੱਥੇ ਮੌਜੂਦ ਆ ਜਿਹੜੇ ਛਡਾਉਣ ਆਏ ਸੀ ਕੀ ਨਾਮ ਹੈ ਜੀ ਹਰਪੀ ਸਿੰਘ ਹੈਪੀ ਹੈ ਜੀ ਕਿੱਦਾਂ ਜਾਣਕਾਰੀ ਮਿਲੀਏ ਕਿਉਂਕਿ ਉੱਤੇ ਵੇਖ ਕੇ ਤਰਸ ਆਉਂਦਾ ਵਾ ਤੇ ਇਹਨਾਂ ਨੇ ਬੰਧੂਆ ਮਜ਼ਦੂਰ ਬਣਾਇਆ ਦਾ ਸ ਜਾਣਕਾਰੀ ਜੀ ਜਿਵੇਂ ਵੱਖ-ਵੱਖ ਆ ਥਾਵਾਂ ਤੋਂ ਵੀਰ ਸਾਡੇ ਨਾਲ ਜੁੜੇ ਨੇ ਸਾਡੇ ਨੰਬਰ ਨੇ ਉਹਨਾਂ ਦੇ ਕੋਲ ਫੇਸਬੁੱਕ ਤੇ ਉੱਪਰ ਨੰਬਰ ਚੱਲ ਰਿਹਾ ਹੁੰਦਾ ਸਾਡਾ ਸੋ ਵੱਖ-ਵੱਖ ਥਾਵਾਂ ਤੋਂ ਵੀਡੀਓ ਆਉਂਦੀਆਂ ਨੇ ਇਹਦੇ ਲਈ ਅਸੀਂ ਤਾਂ ਜਾਦਾ ਆਏ ਕਿਉਂਕਿ ਇਹ ਲੱਤਾਂ ਤੋਂ ਡਿਸੇਬਲ ਹੈ ਵੀਰ ਤਾਂ ਜਦੋਂ ਇਹਨੂੰ ਅਸੀਂ ਦੇਖਿਆ ਗੋਵਾ ਚੌਕ ਤੇ ਚਿੱਕੜ ਦੇ ਵਿੱਚ ਤੁਰਿਆ ਫਿਰ ਰਿਹਾ ਮੈਂਟਲੀ ਵੀ ਠੀਕ ਨਹੀਂ ਬੋਲ ਵੀ ਨਹੀਂ ਸਕਦਾ ਵਿਚਾਰਾ ਆਪਣਾ ਦੁੱਖ ਵੀ ਨਹੀਂ ਦੱਸ ਸਕਦਾ ਕਿ ਅੱਜ ਮੈਨੂੰ ਕੋਈ ਦੁੱਖ ਹੈ ਯਾਰ ਮੈਂ ਕੱਲ੍ਹ ਕੰਮ ਕਰ ਲੂੰਗਾ ਦੱਸ ਨਹੀਂ ਸਕਦਾ ਸੋ ਇਦਾਂ ਹੀ ਚੋਰੀ ਸਾਨੂੰ ਵੀਡੀਓ ਭੇਜਦੀ ਆ ਸੰਗਤ ਉਹਦੇ ਵਿਹਾਰ ਤੇ ਅਸੀਂ ਫਿਰ ਜਿਹੜਾ ਆ ਉਥੇ ਪਹੁੰਚ ਜਿਸ ਤਰ੍ਹਾਂ ਪਹਿਲਾਂ ਕੁਝ ਦਰਿਆ ਸਹਿਮਿਆ ਹੋਇਆ ਹੈਗਾ ਵੀਡੀਓ ਚ ਦੇਖਿਆ ਹੁਣ ਚਿਹਰੇ ਤੇ ਹਾਸਾ ਵਾ ਨਹੀਂ ਹੁਣ ਹੁਣ ਵੇਖੋ ਸਾਨੂੰ ਕੁਰਸੀ ਤੇ ਬਹਾਰਿਆ ਹੁਣ ਉਹਨੂੰ ਮਹਿਸੂਸ ਹੋ ਗਿਆ ਕਿ ਸ਼ਾਇਦ ਮੇਰੇ ਲਈ ਕੋਈ ਆਇਆ ਏ ਆਇਆ ਰੱਬ ਦਾ ਜੀ ਆ ਤੁਸੀਂ ਵੇਖੋ ਕਿ ਬੋਲ ਭਾਵੇਂ ਨਹੀਂ ਸਕਦਾ ਪਰ ਆਪਣੇ ਜਜ਼ਬਾਤ ਸਮਝਾ ਰਿਹਾ ਕਿ ਮੈਂ ਹੁਣ ਛੁੱਟ ਚੱਲਾ ਵਾਂ ਜਾਂ ਮੈਂ ਬਾਹਰ ਆ ਚੱਲਾ ਇਹਨਾਂ ਦੇ ਚੁੰਗਲ ਚੋਂ ਇਹਦੇ ਲਈ ਫਿਰ ਕੀ ਕੀ ਐਫਰਟਸ ਕੀਤੇ ਜਾ ਰਹੇ ਆ ਪਹਿਲਾਂ ਤਾਂ ਮੈਂ ਗੱਲ ਕਰਦਾ ਕਿ ਇਦਾਂ ਹੀ ਸਾਡੇ ਕੋਲ ਇੱਕ ਵੀਰ ਹੈ ਜਦੋਂ ਅਸੀਂ ਹੁਣ ਇੱਥੋਂ ਜਾਣਾ ਨਾ ਪਾਣੀ ਸਾਡੇ ਆਸਤੇ ਪ੍ਰਸ਼ਾਦਾ ਉਹਨੇ ਲੈ ਕੇ ਆਉਣਾ ਵੀ ਸਵੇਰ ਦੇ ਨਿਕਲੇਓ ਪਹਿਲਾਂ ਰੋਟੀ ਖਾਓ ਜਿਹੜਾ ਸੁਣ ਤੇ ਬੋਲ ਨਹੀਂ ਸਕਦਾ ਜਿਹੜਾ ਅਸੀਂ ਇੱਕ ਜ਼ਿੰਮੇਵਾਰ ਤੋਂ ਲੈਂਦਾ ਸੀ ਇਹ ਗੈਜ਼ੈਂਪਲ ਹੈ ਇਹ ਪਿਆਰ ਮੰਗਦੇ ਨੇ ਪਰ ਜ਼ਿਆਦਾਤਰ ਡੇਰਿਆਂ ਤੇ ਜਾਂ ਸਾਡੇ ਘਰਾਂ ਚ ਇਹਨਾਂ ਨੂੰ ਪਿਆਰ ਨਹੀਂ ਮਿਲਦਾ ਸਮਾਜ ਦੇ ਵਿੱਚ ਵੀ ਬਹੁਤ ਘੱਟ ਲੋਕ ਨੇ ਜਿਹੜੇ ਜਹੇ ਲੋਕਾਂ ਨੂੰ ਪਿਆਰ ਕਰਦੇ ਆ ਦੁਨੀਆ ਆਪਣੇ ਰੰਗਾਂ ਚ ਲੱਗੀ ਹੋਈ ਆ ਸੋ ਹਰ ਇੱਕ ਦਾ ਆਪਣਾ ਜੀਵਨ ਆ ਬਾਕੀ ਹੁਣ ਅਸੀਂ ਕੋਸ਼ਿਸ਼ ਕਰਾਂਗੇ ਇਹਦਾ ਘਰ ਲੱਭਣ ਦੀ ਵੀਡੀਓ ਦੇ ਮਾਧਿਅਮ ਦੇ ਰਾਈ ਜਾਂ ਕੋਈ ਟ੍ਰੀਟਮੈਂਟ ਦੇ ਰਾਈ ਜੇ ਜਿਵੇਂ ਵੀ ਜੇ ਪ੍ਰਮਾਤਮਾ ਨੇ ਚਾਹਿਆ ਨਹੀਂ ਤਾਂ ਸਾਡੇ ਕੋਲ ਰਹੂਗਾ ਜੀ ਅਕਸਰ ਦੇਖਿਆ ਜਾਂਦਾ ਕਿ ਚਾਹੇ ਤੁਹਾਡੀ ਸੰਸਥਾ ਵਾਜਾ ਹੋਰ ਵੀ ਸੰਸਥਾਵਾਂ ਨੇ ਮੁਸਲਿਮ ਗੁਜਰਾ ਦੇ ਡੇਰਿਆਂ ਤੋਂ ਤੂਏ ਛਡ ਉਹਦਾ ਜਿਸ ਦੇ ਡੇਰੇ ਤੋਂ ਉਸ ਨੂੰ ਛਡਵਾਇਆ ਗਿਆ ਕੀ ਨਾਮ ਮੱਖਣ ਮੱਖਣ ਕਿਉਂ ਕਿਉਂ ਇਹੋ ਜੇ ਕੰਮ ਕਰਦੇ ਹੋ ਜਿਹੜੇ ਰੱਬ ਦੀ ਦਰਗਾਹ 'ਚ ਵੀ ਗਲਤ ਨੇ ਤੇ ਕਾਨੂੰਨਾਂ ਨੂੰ ਵੀ ਗਲਤ ਆ ਬੋ ਜੀ ਹੈਡੀ ਕੇ ਵਾ ਯਾਰ ਅਸੀਂ ਨੇ ਰੱਖ ਕੇ ਇਹਨੂੰ ਖੁਸ਼ ਨਹੀਂ ਹੈ ਮਾਲਾ ਜੀ ਰੋਟੀ ਰਾਟੀ ਖਾਂਦਾ ਹੀ ਡੇਰੇ 'ਚ ਰੱਖੀ ਰਹਿੰਦਾ ਹੀ ਮਾਲਾ ਮੋਟਾ ਗੋਬ ਸੋੜ ਦਿੰਦਾ ਕਿਉਂ ਜੂਲਮਾਂ ਨਾਲ ਗਲਤੀ ਹੈ ਸਾਡੀ ਅਤੇ ਇਹਨੂੰ ਹੀ ਰੱਖਿਆ ਦੋ ਤਿੰਨ ਛੋ ਸਾਂ ਸ਼ਾਮ ਨੂੰ ਦੋ ਤਿੰਨ ਤੈ ਮੈਨੂੰ ਰੋਟੀ ਦੇਣੀ ਆ ਰੋਟੀ ਇਹਨਾਂ ਦੇ ਕੰਮ ਨਹੀਂ ਕਰਦਾ ਆਂ ਆਖਿਆ ਚਲੋ ਰੱਬ ਸਰਦੇ ਵੰਦਾ ਖਾਂਦੇ ਨੂੰ ਕਿੰਨਾ ਘਟਾ ਵੇਜੂਗਾ ਖਾ ਲੰਦੇ ਪੁੱਛੋ ਇਹਨੂੰ ਅਸੀਂ ਕਦੀ ਕਿਸੇ ਪਰ ਕਿਸੇ ਕਿਸੇ ਪ੍ਰਸ਼ਾਸਨ ਨੂੰ ਕਿਸੇ ਅਧਿਕਾਰੀ ਨੂੰ ਕਿਸੇ ਅਫਸਰ ਨੂੰ ਕਿਹਾ ਕਿ ਸਾਡੇ ਕੋਲ ਆ ਬੰਦਾ ਜੀ ਅਸੀਂ ਇਹਦੀ ਪਛਾਣ ਨਹੀਂ ਕਰ ਸਕਦੇ ਫੌਜੀ ਆਇਆ ਸੀ ਇੱਕ ਬਾਬਾ ਆਇਆ ਜੋ ਆਂਜਾ ਉਹ ਪਲਟੀਨਾ ਮੋਲੋ ਕਹਿੰਦਾ ਮੈਂ ਵੀ ਬੰਦੇ ਫਰਜ਼ਾ ਉਹਨੇ ਵੇਖਿਆ ਇਹਨੂੰ ਇਹਦਾ ਜਲਾ ਕਹਿੰਦਾ ਨਹੀਂ ਮੈਂ ਰੋਟੀ ਖਾਣੀ ਇੱਥੇ ਰਹਿਣਾ ਉਹ ਜਿਹੜਾ ਬਾਬਾ ਤੁਹਾਡੇ ਕੋਲ ਆਇਆ ਸੀ ਕੀ ਨਾਮ ਆਉਂਦਾ ਜੋ ਆਂ ਜੇ ਬਾਬਾ ਆਇਆ ਕਹਿੰਦਾ ਮੇਰੇ ਕੰਮ ਇਹ ਤਾਂ ਝੂਠ ਸੱਚ ਦੀ ਗੱਲ ਵਾ ਤੁਸੀਂ ਕਿਸੇ ਪੁਲਿਸ ਅਫਸਰ ਨੂੰ ਪੁਲਿਸ ਅਫਸਰ ਵਾ ਫੌਜੀ ਆ ਪ੍ਰਸ਼ਾਸਨ ਦਾ ਬੰਦਾ ਕੌਣ ਉਹ ਨਹੀਂ ਕਹਿੰਦਾ ਮੈਂ ਇਹ ਮੈਂ ਵੀ ਬਾਬਿਆਂ ਜਿਹਾ ਕੋਈ ਬੇਤਰਾ ਬੰਦੇ ਫੜਦਾ ਜਿਹਦਾ ਬੰਨਾ ਬੁੱਧੀਮੰਦਾ ਰੱਖੇ ਨਾ ਉਹ ਬੰਦੇ ਫੜਦਾ ਹਾਂ ਅਸੀਂ ਆਖੇ ਵਖੇ ਬਾਬਾ ਜੀ ਤੁਹਾਡੇ ਸਾਹਮਣੇ ਸਾਡੇ ਨੂੰ ਲੈ ਜੀ ਤੁਸੀਂ ਚੰਗੇ ਭਲੇ ਤੁਹਾਡੇ ਸਾਰੇ ਪਰਿਵਾਰ ਦੇ ਕੱਪੜੇ ਚੰਗੇ ਆ ਕੀ ਉਹਦੇ ਕੱਪੜੇ ਚੰਗੇ ਆ ਉਹਦੇ ਪੈਰ ਚ ਜੁੱਤੀ ਆ ਕਹਿੰਦਾ ਨਾ ਕੱਪੜੇ ਪਾਸ ਮੈਂ ਕਹਿੰਦਾ ਠੰਡ ਲੱਗਦੀ ਆ ਸਾਲ ਹੋ ਗਿਆ ਠੰਡ ਲੱਗੀ ਜਾ ਰਹੀ ਸਾਲ ਕਦੋਂ ਹੋਣ ਦੀ ਗੱਲ ਆ ਗ ਅਸੀਂ ਦਮੀਨੇ ਦੀ ਗੱਲ ਹੈ ਉਹਦੋਂ ਬਾਬਾ ਆਇਆ ਸੀ ਉਦੋਂ 10 ਦਿਨ ਹੋਈ ਨੂੰ ਆਏ ਨੂੰ ਬਾਬਾ ਕਹਿੰਦਾ ਰਹਿੰਦੇ ਅਕਸਰ ਜਿਹੜੇ ਤੁਹਾਡੇ ਗੁਜਰਾਂ ਦੇ ਕੋਲ ਨੇ ਉਹਨਾਂ ਚੀ ਬੰਦੇ ਫੜੇ ਜਾਂਦੇ ਚਲੋ ਠੀਕ ਆ ਜਾਂਦੇ ਜਾਂਦਾ ਮੈਂ ਦੱਸਦਾ ਹਾਂ ਹਾਂਜੀ ਕੁੱਲਾਂ ਚ ਕੋਈ ਬਹੁਤ ਤੁਸੀਂ ਆਲੀਸ਼ਾਨ ਬਣਾਇਆ ਦਾ ਸਾਰਾ ਕੋਈ ਇਹ ਬੁਛੇ ਨੂੰ ਦਿੰਦੇ ਸੀ ਤੇ ਇਹ ਜਈ ਦੇ ਆ ਜਾ ਕੇ ਦੁਕਾਨ ਤੇ ਜਾਂਦਾ ਇਹ ਬੱਚਿਆਂ ਲਈ ਕੁਝ ਲੈਂਦਾ ਆ ਵੀ ਖਾ ਕੇ ਜਾਂਦਾ ਇਹ ਜੀ ਇਹਦੇ ਜੇਬ ਚ ਬਿਖੇ ਹੁੰਨੇ ਆ ਰੋਜ਼ 100 ਰੁਪਏ ਆ 50 ਦੇ ਹੀ ਜਾਂਦੇ ਕਿ ਉਹਨੇ ਵਟਾਲੇ ਦੇ ਵਿੱਚ ਜਾਣਾ ਕਿਤੇ ਨਹੀਂ ਜੇ ਲੋ ਇਸੇ ਖਾ ਪੀ ਲੈਂਦਾ ਰੋਟੀ ਪੰਜਾਬ ਚ ਕਿੰਨਾ ਲੰਗਰ ਲੱਗਦੇ ਆ ਰਾਜ ਤੁਹਾਡੇ ਤੁਹਾਡੇ ਡੇਰਿਆਂ ਤੋਂ ਜਾਣ ਕੇ ਰੋਟੀ ਮੰਗਦੇ ਆ ਰਾਜਾ ਠੰਗਦੇ ਵੀ ਰੱਖ ਲੈਂਦੇ ਜੰਡਿਆਲੇ ਤੋਂ ਇੱਕ ਬੰਦਾ ਫੜਿਆ ਜੀ ਉਹ 50 ਰੁਪਏ ਲੈਣ ਤੇ ਚੈੱਕ ਕਰ ਚੋ ਉਂਗਲਾਂ ਦਾ ਪ੍ਰੈਸ਼ਨ ਕਰਾਉਣਾ ਆ ਗੁਰੂ ਨਾਨਕ ਦੇਵ ਉੱਥੇ ਗੁਜਰਾਂ ਨੂੰ ਮਿਲ ਕਿਰਾਏ ਦੇ 3 ਮਹੀਨੇ ਨੂੰ ਰੱਬ ਕੋ ਵੀ ਡਰ ਨਹੀਂ ਆਉਂਦਾ ਵੀ ਐਹੋ ਜਿਹੇ ਬੰਦੇ ਕੋ ਕੰਮ ਲੈਣਾ ਜੇ ਰੱਬ ਕੋ ਬਾਈ ਤਾਂ ਇਹਦੇ ਨਾਲ ਠੱਕੇ ਥੋੜੇ ਕਰ ਸਕਦੇ ਜੇ ਤੁਹਾਡੇ ਬੱਚੇ ਨੂੰ ਕੋਈ ਇਸ ਤਰ੍ਹਾਂ ਵੱਧੂਆ ਮਜ਼ਦੂਰ ਬਣਾ ਲੈ ਤੱਕ ਇਹਨਾਂ ਦਿਨ ਨੂੰ ਹੀ ਰੱਖਿਆ ਇਨੀ ਪੁੱਛਿਆ ਦਿਨ ਨੂੰ ਰੱਖਿਆ ਤਾਂ ਕਿਹਨਾ ਉਹ ਤਾਂ ਬੋਲ ਹੀ ਨਹੀਂ ਸਕਦਾ ਉਹਨੇ ਦੱਸਣਾ ਨਹੀਂ ਇਹ ਵੀ ਤੁਸੀਂ ਪੁੱਛਿਆ ਜਾਣਾ ਹੀ ਰੋਟੀ ਸਾਰੇ ਸਮਝ ਲੱਗਦੀ ਹਾਂ ਸਮਝ ਲੱਗਦੀ ਹਾਂ ਕਾਇਨੇ ਕਾਇਦ ਕਹਿੰਦੇ ਦਿਖਾ ਲੇ ਫੋਨ ਦੱਸਿਆ ਦਿਮਾਗ ਇਹਦਾ ਬੜਾ ਆ ਪੁੱਛਿਆ ਜਾਂ ਤੱਕ ਇਹਨਾਂ ਰੱਖਿਆ ਪੁੱਛ ਅੱਜ ਜਦੋਂ ਛਡਵਾਉਣ ਆਏ ਨੇ ਤੇ ਉਸ ਦਾ ਚਿਹਰਾ ਦੇਖੋ ਕਿ ਉਸ ਦੇ ਚਿਹਰੇ ਤੇ ਅੱਜ ਰੌਣਕ ਹੈ ਪਰ ਜ਼ਿਆਦਾਤਰ ਡੇੜੇ ਲੋਕ ਨੇ ਜਿਹੜੇ ਗੁਜਰਾں ਦੇ ਡੇਰੇ ਨੇ ਉਹਨਾਂ ਤੇ ਹੀ ਅਜਿਹੇ ਲੋਕ ਜਿਹੜੇ ਨੇ ਉਹ ਪਾਏ ਜਾਂਦੇ ਨੇ ਤੇ ਜਿਹੜੀਆਂ ਸੰਸਥਾਵਾਂ ਦੇ ਲੋਕ ਨੇ ਉਹ ਆਕੇ ਇਹਨਾਂ ਨੂੰ ਛੜਵਾਉਂਦੇ ਅਜਿਹੇ ਹੀ ਮਾਮਲੇ ਅਜ ਬਟਾਲਾ ਦੇ ਡੇਰਾ ਰੋਡ ਵਿੱਚ ਦੇਖਣ ਨੂੰ ਮਿਲਿਆ ਕੈਮਰਾਮੈਨ ਬੰਟੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਨ ਉਥਰਾ ਬਟਾਲਾ